ਹਾਈ ਫਰੈਂਡਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਸਪੀਕਿੰਗ ਪਾਰਟ ਦੇ ਪਾਰਟ 1 ਦੇ ਕੁਐਸਚਨ ਕਰਵਾਉਂਗੀ, ਠੀਕ ਹੈ ਫਰੈਂਡਸ। ਉਸਦੇ ਵਿੱਚ ਮੈਂ ਜੋ ਨਿਊ ਕੁਐਸਚਨਸ ਨੇ ਟੈਕਸਟ ਮੈਸੇਜ ਦੇ, ਠੀਕ ਹੈ ਜੀ, ਸੋ ਉਸਦੇ ਆਪਾਂ 4 ਕੁਐਸਚਨ ਕਰਾਂਗੇ ਪਾਰਟ 1 ਦੇ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਫਸਟ ਕੁਐਸਚਨ ਹੈ, ਡੂ ਯੂ ਲਾਈਕ ਟੈਕਸਟਿੰਗ? ਕਹਿੰਦੇ ਤੁਹਾਨੂੰ ਟੈਕਸਟਿੰਗ ਪਸੰਦ ਹੈ, ਠੀਕ ਹੈ। ਟੈਕਸਟਿੰਗ ਮਤਲਬ ਜਿਹੜਾ ਪਹਿਲਾਂ ਆਪਾਂ ਟੈਕਸਟ ਮੈਸੇਜ ਕਰਦੇ ਹੁੰਦੇ ਸੀ, ਔਨਲਾਈਨ ਨਹੀਂ ਹੈਗਾ, ਉੱਦਾਂ ਜਿਹੜਾ ਟੈਕਸਟ ਮੈਸੇਜ ਆਉਂਦਾ ਫੋਨ 'ਤੇ। ਨੋ, ਅਨਫੋਰਚੁਨੇਟਲੀ ਆਈ ਡੋਂਟ, ਕਹਿੰਦੇ ਨਹੀਂ ਮੈਨੂੰ ਨਹੀਂ ਪਸੰਦ। ਕਿਉਂ? ਆਈ ਮੀਨ ਇਟ ਸਾਊਂਡਸ ਓਲਡ, ਕਹਿੰਦੇ ਇਹ ਇੱਕ ਪੁਰਾਣਾ ਜਿਹਾ ਤਰੀਕਾ ਵੀ, ਇੱਕ ਪੁਰਾਣਾ ਹੋਇਆ। ਐਂਡ ਇਟਸ ਕੁਇਕਰ ਟੂ ਰੀਚ ਪੀਪਲ ਥਰੂ ਚੈਟਿੰਗ ਦੈਨ ਟੈਕਸਟਿੰਗ ਇਨ ਟੂਡੇਜ਼ ਵਰਲਡ, ਕਹਿੰਦੇ ਪੀਪਲ ਨੂੰ ਰੀਚ ਕਰਨਾ, ਪੀਪਲ ਨਾਲ ਕਮਿਊਨੀਕੇਸ਼ਨ ਕਰਨੀ, ਕਹਿੰਦੇ ਜ਼ਿਆਦਾ ਫਾਸਟ ਮੈਥਡ ਕਿਹੜਾ? ਚੈਟਿੰਗ, ਠੀਕ ਹੈ, ਦੈਨ ਟੈਕਸਟਿੰਗ ਇਨ ਟੂਡੇਜ਼ ਵਰਲਡ। ਕਿਉਂਕਿ ਟੈਕਸਟ ਮੈਸੇਜ ਦਾ ਕੋਈ ਚੈੱਕ ਹੀ ਨਹੀਂ ਕਰਦਾ, ਮੋਸਟਲੀ ਕੰਪਨੀ ਵਗੈਰਾ ਵਾਲਿਆਂ ਦੇ ਆਉਂਦੇ ਹੁੰਦੇ ਆ। ਜੇ ਆਪਾਂ ਕੋਈ ਉੱਦਾਂ ਕਿਸੇ ਨਾਲ ਨੀਅਰ ਜਾਂ ਡੀਅਰ ਵਨ ਨਾਲ ਕਰਨੇ ਤਾਂ ਆਪਾਂ ਚੈਟ ਹੀ ਕਰਦੇ ਹਾਂ ਵਟਸਐਪ 'ਤੇ, ਠੀਕ ਹੈ, ਜਾਂ ਇੰਸਟਾਗ੍ਰਾਮ 'ਤੇ। ਮੋਸਟ ਆਫ ਟਾਈਮ ਆਈ ਪ੍ਰੈਫਰ ਔਨਲਾਈਨ ਚੈਟ ਰੈਦਰ ਦੈਨ ਟੈਕਸਟ ਮੈਸੇਜਿਸ, ਕਹਿੰਦੇ ਸਭ ਮੋਸਟਲੀ, ਕਹਿੰਦੇ ਜ਼ਿਆਦਾ ਟਾਈਮ ਮੈਂ ਔਨਲਾਈਨ ਚੈਟ ਹੀ ਪਸੰਦ ਕਰਦੀ ਹਾਂ, ਕਿਸ ਨਾਲੋਂ? ਟੈਕਸਟ ਮੈਸੇਜਿਸ ਨਾਲੋਂ, ਠੀਕ ਹੈ ਜੀ। ਸੋ ਫਸਟ ਕੁਐਸਚਨ ਹੋ ਗਿਆ। ਸੈਕਿੰਡ ਕੁਐਸਚਨ ਹੈ ਜੀ, ਡੂ ਯੂ ਪ੍ਰੈਫਰ ਸੈਂਡਿੰਗ ਮੈਸੇਜਿਸ ਔਰ ਰਿਸੀਵਿੰਗ ਮੈਸੇਜਿਸ? ਤੁਹਾਨੂੰ ਮੈਸੇਜ ਸੈਂਡ ਕਰਨਾ ਅਤੇ ਰਿਸੀਵ ਕਰਨਾ ਵਧੀਆ ਲੱਗਦਾ? ਸੋ ਹੁਣ ਤੁਸੀਂ ਇੱਕ ਆਪਸ਼ਨ ਵੀ ਚੂਜ਼ ਕਰ ਸਕਦੇ ਹੋ, ਮੈਨੂੰ ਸੈਂਡਿੰਗ ਵਧੀਆ ਲੱਗਦੀ ਜਾਂ ਰਿਸੀਵਿੰਗ, ਜਾਂ ਫਿਰ ਦੋਨਾਂ ਦਾ ਆਂਸਰ ਕਰ ਸਕਦੇ ਹੋ। ਜਿਵੇਂ ਕਿ ਆਈ ਵੁੱਡ ਸੇ ਦੈਟ ਇਟ ਡਿਪੈਂਡਸ ਔਨ ਮਾਈ ਮੂਡ, ਕਹਿੰਦੇ ਇਹ ਮੇਰੇ ਮੂਡ 'ਤੇ ਡਿਪੈਂਡ ਕਰਦਾ। I mean is that sometimes I feel like sharing idea and information, kehnde kai baar hunda mera mood ve main information ya apna idea share karan dooje naal, then main sending prefer kardi ha, while other times, dusre time kehnde ki hunda, I'm curious about others opinion, kehnde main dooje da opinion vi janna chahni hunni ha, curious da matlab vi janna chahne ne dooje da opinion ki hai, so I patiently wait for their messages, so kehnde main ohna de message di wait kardi ha vi mainu ਮੈਸੇਜ ਹੋਗਾ, ਮੈਂ ਮੈਸੇਜ ਰਿਸੀਵ ਕਰਾਂ, ਠੀਕ ਹੈ ਫਰੈਂਡਸ। ਇਹ ਸੀ 2 ਕੁਐਸਚਨ, ਇਸ ਤੋਂ ਨੈਕਸਟ ਹੋਰ ਕੁਐਸਚਨਸ ਕਰਦੇ ਹਾਂ। ਓਕੇ ਜੀ, ਨੈਕਸਟ ਕੁਐਸਚਨ ਹੈ 3rd, ਹੈਡ ਯੂ ਐਵਰ ਰਿਸੀਵਡ ਅ ਕਨਫਿਊਜ਼ਿੰਗ ਟੈਕਸਟ ਮੈਸੇਜਿੰਗ ਜਾਂ ਟੈਕਸਟ ਮੈਸੇਜ? ਕਹਿੰਦੇ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਨਫਿਊਜ਼ਿੰਗ ਜਿਹੜਾ ਟੈਕਸਟ ਮੈਸੇਜ ਰਿਸੀਵ ਕੀਤਾ, ਕਨਫਿਊਜ਼ਨ ਵਾਲਾ? ਨੋ, ਫੋਰਚੁਨੇਟਲੀ, ਕਹਿੰਦੇ ਨਹੀਂ ਮੈਂ ਨਹੀਂ ਕੀਤਾ। ਆਈ ਹੈਵ ਨੋਟ, ਬਿਕੋਜ਼ ਆਈ ਐਮ ਵੈਰੀ ਕੇਅਰਫੁਲ ਅਬਾਊਟ ਗਿਵਿੰਗ ਆਊਟ ਮਾਈ ਫੋਨ ਨੰਬਰ, ਕਹਿੰਦੇ ਮੈਂ ਇੱਦਾਂ ਦਾ ਕਦੇ ਕਨਫਿਊਜ਼ਿੰਗ ਟੈਕਸਟ ਮੈਸੇਜ ਰਿਸੀਵ ਨਹੀਂ ਕੀਤਾ। ਕਹਿੰਦੇ ਮੈਂ ਬਹੁਤ ਜ਼ਿਆਦਾ ਧਿਆਨ ਰੱਖਦੀ ਹਾਂ, ਬਹੁਤ ਜ਼ਿਆਦਾ ਕੇਅਰਫੁਲ ਹਾਂ ਆਪਣਾ ਨੰਬਰ ਅੱਗੇ ਦੇਣ 'ਚ, ਠੀਕ ਹੈ, ਗਿਵਿੰਗ ਆਊਟ ਮਾਈ ਨੰਬਰ, ਐਂਡ ਓਨਲੀ ਮਾਈ ਸਰਕਲ ਆਫ ਕਲੋਜ਼ ਫਰੈਂਡਸ ਹੈਜ਼ ਇਟ, ਕਹਿੰਦੇ ਸਿਰਫ ਮੈਂ ਆਪਣੇ ਕਲੋਜ਼ ਫਰੈਂਡਸ ਨੂੰ ਹੀ ਆਪਣਾ ਫੋਨ ਨੰਬਰ ਦਿੱਤਾ ਹੋਇਆ, ਦੈਟਸ ਵਾਈ ਕਹਿੰਦੇ ਇੱਦਾਂ ਦੀ ਕਦੇ ਮੈਨੂੰ ਸਿਚੁਏਸ਼ਨ ਫੇਸ ਨਹੀਂ ਕਰਦੀ ਪਈ। 4th ਕੁਐਸਚਨ ਹੈ, ਇਨ ਵਟ ਸਰਕਮਸਟਾਂਸਿਸ ਮੇਕਿੰਗ ਅ ਫੋਨ ਕਾਲ ਬੈਟਰ ਦੈਨ ਸੈਂਡਿੰਗ ਅ ਟੈਕਸਟ ਮੈਸੇਜ, ਕਹਿੰਦੇ ਕਿਹੜੀਆਂ ਕਿਹੜੀਆਂ ਸਿਚੁਏਸ਼ਨਸ ਦੇ ਵਿੱਚ ਫੋਨ ਕਾਲ ਬੈਟਰ ਹੁੰਦੀ ਹੈ, ਕਾਲ ਕਰਨੀ ਬੈਟਰ ਹੁੰਦੀ ਹੈ ਰੈਦਰ ਦੈਨ ਟੈਕਸਟ ਮੈਸੇਜ ਛੱਡਣ ਨਾਲੋਂ ਜਾਂ ਟੈਕਸਟ ਮੈਸੇਜ ਸੈਂਡ ਕਰਨ ਨਾਲੋਂ? ਹੁਣ ਦੇਖੋ ਆਪਾਂ ਇਹਦੇ ਵਿੱਚ ਕਾਫੀ ਸਾਰੀਆਂ ਸਿਚੁਏਸ਼ਨ ਕਹਿ ਸਕਦੇ ਹਾਂ, ਐਮਰਜੈਂਸੀ ਸਿਚੁਏਸ਼ਨ ਕਹਿ ਸਕਦੇ ਹਾਂ। ਅਗਰ ਪਰਸਨ ਕੋਈ ਤੁਹਾਡੀ ਵੇਟ ਕਰ ਰਿਹਾ, ਉਹਨੂੰ ਤੁਸੀਂ ਫੋਨ ਕਰਕੇ ਦੱਸਣਾ ਵੀ ਮੈਂ ਲੇਟ ਹੋ ਜੂੰ, ਤਾਂ ਵੀ ਫੋਨ ਕਾਲ ਬੈਟਰ ਹੈ, ਜਾਂ ਕਿਸੇ ਨੂੰ ਲਾਈਕ ਸਿੰਪਥੀ ਦੇਣੀ ਹੈ ਜਾਂ ਤੁਸੀਂ ਅਪੋਲੋਜਾਈਜ਼ ਕਰਨਾ, ਦੈਨ ਤਾਂ ਵੀ ਫੋਨ ਕਾਲ ਬੈਟਰ ਹੁੰਦੀ ਹੈ, ਠੀਕ ਹੈ, ਇਮੋਸ਼ਨ ਸ਼ੋਅ ਕਰਨ ਦੇ ਲਈ। ਸੋ ਆ ਫੋਨ ਕਾਲ ਇਜ਼ ਕ੍ਰਿਟੀਕਲ ਡਿਊਰਿੰਗ ਆ ਮੈਡੀਕਲ ਐਮਰਜੈਂਸੀ, ਕਹਿੰਦੇ ਕੀ ਹੈ, ਕਹਿੰਦੇ ਫੋਨ ਕਾਲ ਜ਼ਿਆਦਾ ਬੈਟਰ ਹੁੰਦੀ ਹੈ ਜਦੋਂ ਕੋਈ ਮੈਡੀਕਲ ਐਮਰਜੈਂਸੀ ਹੋਵੇ, ਸਿੰਸ ਇਟ ਇਜ਼ ਮੈਟਰ ਆਫ ਲਾਈਫ ਐਂਡ ਡੈਥ, ਕਹਿੰਦੇ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੁੰਦਾ। ਦੈਟਸ ਵਾਈ ਦੇਅਰਸ ਆਲਵੇਜ਼ ਆ ਫੋਨ ਕਾਲ ਇਜ਼ ਬੈਟਰ ਆਪਸ਼ਨ ਰੈਦਰ ਦੈਨ ਟੈਕਸਟ ਮੈਸੇਜ। ਸੋ ਕਹਿੰਦੇ ਫੋਨ ਕਾਲ ਕੀ ਹੈ, ਇੱਕ ਬੈਟਰ ਆਪਸ਼ਨ ਹੁੰਦੀ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ। ਸੋ ਬੰਦਾ ਫੋਨ ਕਾਲ ਹੀ ਪ੍ਰੈਫਰ ਕਰਦਾ ਜਦੋਂ ਕੋਈ ਐਮਰਜੈਂਸੀ ਸਿਚੁਏਸ਼ਨ ਹੋਵੇ, ਕਿਉਂਕਿ ਟੈਕਸਟ ਮੈਸੇਜ ਅੱਜ ਕੱਲ੍ਹ ਕੋਈ ਵੀ ਨਹੀਂ ਰੀਡ ਕਰਦਾ, ਠੀਕ ਹੈ। ਸੋ ਫੋਨ ਕਾਲ ਅਗਲਾ ਅਟੈਂਡ ਕਰਦਾ, ਦੈਨ ਅਗਲੇ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਸੋਲਵ ਹੋ ਜਾਂਦੀ ਹੈ, ਠੀਕ ਹੈ ਫਰੈਂਡਸ। ਇਹ ਸੀ 4 ਕੁਐਸਚਨ ਅੱਜ ਦੇ, ਠੀਕ ਹੈ ਜੀ, ਜੋ ਮੈਂ ਟੈਕਸਟ ਮੈਸੇਜ 'ਤੇ ਕਰਾਏ ਨੇ। ਨੈਕਸਟ ਵੀ ਤੁਹਾਨੂੰ ਪਾਰਟ 1 ਦੇ ਕੁਐਸਚਨ ਪਲੱਸ ਕਿਊ ਕਾਰਡ ਦੀਆਂ ਵੀਡੀਓਜ਼ ਮਿਲਦੀਆਂ ਰਹਿਣਗੀਆਂ। ਓਕੇ ਫਰੈਂਡਸ, ਇਹ ਸੀ ਮੇਰੀ ਅੱਜ ਦੀ ਕਲਾਸ। ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰੋ, ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।